ਹਾਂਜੀ ਸਤਿ ਸ਼੍ਰੀ ਅਕਾਲ ਭਾਈ, ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹੈਮਰ ਟੀਵੀ ਯੂਟਿਊਬ ਚੈਨਲ ਤੇ। ਦੋਸਤੋ, ਅੱਜ ਦੀ ਵੀਡੀਓ ਪਿੰਡ ਘੋਲੀਆ ਖੁਰਦ, ਜ਼ਿਲ੍ਹਾ ਮੋਗਾ, ਤਹਿਸੀਲ ਹੈ ਨੂੰ ਨਿਹਾਲ ਸਿੰਘ ਵਾਲਾ ਪੈਂਦੀ ਆ। ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇੱਦਾਂ ਦੀ ਵੀਡੀਓ ਬਣਾਉਣੀ ਹੋਵੇ, ਮੇਰੇ ਨਾਲ ਸੰਪਰਕ ਕਰ ਸਕਦਾ। ਮੇਰਾ ਮੋਬਾਈਲ ਨੰਬਰ 9815400968। ਦੋਸਤੋ, ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੋ ਵਿਖਾਉਣੀਆਂ ਵਹਿੜਾਂ, ਛੋਟੇ ਭਾਅ ਦੀਆਂ ਜਰਸੀ ਨਸਲ ਦੀਆਂ। ਇੱਕ ਆ ਬਲੈਕ ਕਲਰ ਅਤੇ ਕੌਫੀ ਕਲਰ ਦਾ ਸਮੇਲ, ਇੱਕ ਬਦਾਮੀ ਰੰਗ ਦੀ ਜਰਸੀ ਆ। ਦੋਸਤੋ, ਮੀਂਹ ਆ ਗਿਆ, ਥੋੜ੍ਹਾ ਥੋੜ੍ਹਾ ਪਈ ਜਾਂਦਾ, ਮੀਂਹ ਪੈਂਦੇ 'ਚ ਵੀਡੀਓ ਬਣਾ ਦੇਣੀ ਆ। ਇਨਫੋਰਮੇਸ਼ਨ ਲੈ ਦਿੰਦਾ, ਬਹੁਤ ਚੰਗੀਆਂ ਦੋ ਵਹਿੜਾਂ, ਮੁੱਲ ਜਮ੍ਹਾਂ ਜਾਇਜ਼ ਹੋਣਗੇ। ਇੱਕ ਵੱਡੀ ਜਰਸੀ ਆ ਬਦਾਮੀ ਰੰਗ ਦੀ, ਆਓ ਕਰਦੇ ਹਾਂ ਗੱਲਬਾਤ, ਦਿੰਦੇ ਹਾਂ ਪ੍ਰੋਪਰ ਸਾਰੀ ਇਨਫੋਰਮੇਸ਼ਨ ਲੈ ਕੇ। ਹਾਂਜੀ ਬਾਈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਨਾਮ ਤੇ ਐਡਰੈਸ ਦੱਸ ਦਿਓ। ਜਗਜੀਤ ਸਿੰਘ, ਪਿੰਡ ਘੋਲੀਆ ਖੁਰਦ, ਤਹਿਸੀਲ ਨਿਹਾਲ ਸਿੰਘ ਵਾਲਾ, ਜ਼ਿਲ੍ਹਾ ਮੋਗਾ। ਫੋਨ ਨੰਬਰ ਦੱਸ ਦਿਓ। 9056653918। ਪਵਾਤਾ ਫਿਰ ਮੀਂਹ, ਅੱਜ ਮੀਂਹ ਪਵਾਤਾ। ਹਰ ਵੀਡੀਓ ਵਿੱਚ ਕਹਿੰਦਾ ਨਾ ਬਾਈ, ਤੂੰ ਵੀਡੀਓ ਮੀਂਹ ਨਹੀਂ ਆਉਂਦਾ, ਮੀਂਹ ਨਹੀਂ ਆਉਂਦਾ, ਵੇਲਾ ਆ ਕੇ ਨਾ ਚੱਕ ਅੱਜ ਲਿਆਂਦਾ। ਅੱਜ ਵੀ 27 ਤਰੀਕ ਮੀਂਹ ਆਊਗਾ, ਕੱਲ੍ਹ 28 ਹੈ ਮੀਂਹ, ਕੱਲ੍ਹ ਵੀ ਹੈਗਾ। ਕੱਲ੍ਹ ਵੀ, ਕੱਲ੍ਹ ਵੀ ਹੈਗਾ, ਕਰਤੇ ਬਾਬੇ ਨੇ ਬਚਣਾ। ਮੈਂ ਕਿਹਾ ਬਾਬੇ ਨੇ ਕਰਤੇ ਬਚਣਾ, ਕੱਲ੍ਹ ਮੀਂਹ ਆਊਗਾ। ਠੀਕ ਹੈ, ਹੋਰ ਨਾ ਵੀਡੀਓ ਵੇਖ ਕੇ ਤੇ ਪੁੱਛਾਂ ਦੇਣ ਲੱਗ ਜੇ ਤੇ ਲੋਕੀ ਆਉਣ ਲੱਗ ਪੈਣ ਕਿ ਜੱਗਾ ਜਿਹੜਾ ਕੋਈ ਕਹਿੰਦਾ ਸੱਚ ਹੋ ਜਾਂਦਾ। ਨਹੀਂ, ਸੱਚ ਤਾਂ ਕਿਹੜਾ, ਹਰ ਵੀਡੀਓ ਵਿੱਚ ਇਹੀ ਤੂੰ ਕਹਿੰਦਾ ਹੁੰਦਾ ਆ ਕੇ ਵੀ ਮੀਂਹ ਆਊਗਾ। ਹਾਂ, ਇਹ ਤਾਂ ਗੱਲ ਹੈਗੀ ਹੈ। ਅੱਜ ਮਹਾਰਾਜ ਨੇ ਫਿਰ ਸੁਣ ਲਈ ਨਾ, ਅੱਜ ਕਹਿੰਦਾ ਮਾਸੂ ਆ ਇਹਦਾ ਦੂਜੇ ਸੂਹੇ ਸੁਣਾ, ਇੱਕ ਹਫ਼ਤੇ ਦੀ ਕੱਚੀ ਆ, ਜਿਹਨਾਂ ਤੋਂ ਲਈਏ ਤਾਂ ਉਹ ਤਾਂ 11-12 ਕਿਲੋ ਪਲੂਨ ਦਾ ਚੋਇਆ ਵਾ। ਠੀਕ ਹੈ, ਬਾਕੀ ਅਗਲਾ ਸਮਝਣਾ ਦੇ ਦੇ, ਕੱਢੀਏ ਬਾਹਰ ਨੂੰ। ਦੋਸਤੋ, ਬਾਈ ਕਹਿੰਦਾ ਜਿਨ੍ਹਾਂ ਤੋਂ ਲਈ ਉਹ ਦੱਸ ਦਿਆ ਕਿ 11-12 ਲੀਟਰ ਦੁੱਧ ਪਲੂਨ ਦਾ ਪਹਿਲੇ ਸੂਹੇ ਇਹਦੇ ਥੱਲੋਂ ਚੋਇਆ। ਬਾਕੀ ਬਾਈ ਕਹਿੰਦਾ ਜਿਹਦੇ ਪਸੰਦ ਆਊਗੀ ਅਗਲਾ ਆਪਦੀ ਸਮਝ ਨਾਲ ਲੈ ਲੇ ਕਿ ਕਿੰਨਾ ਕੁ ਦੁੱਧ ਪੈ ਜਾਊਗੀ। ਦਿਨ ਕਿੰਨੇ ਦੱਸਿਆ ਜਾ ਗਿਆ? ਇੱਕ ਹਫ਼ਤੇ ਦੀ ਬਾਈ ਦੱਸਦਾ ਡੇਟ ਮੁਤਾਬਕ। ਕੱਚੀ ਹੈ ਹਵਾਨਾ, ਸੋਹਣਾ ਠੋਸ ਨਿੱਗਰ ਹੈ, ਫੁੱਟਬਾਲ ਦੀ ਤਰ੍ਹਾਂ ਟਾਈਟ ਠੋਸ ਨਿੱਗਰ ਹਵਾਨਾ। ਥਣ ਮੁੱਠੀ ਵਾਲੇ, ਹੱਥ ਦੀ ਚਵਾਈ ਵਾਲੇ ਆ, ਗੈਪ 'ਚ ਲੱਗੇ ਹੋਏ ਆ, ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਹੈ। 12-13 ਕਿਲੋ ਇੱਥੇ ਦੁੱਧ ਪਿਆਉਣ ਦਾ ਹੱਕ ਬਣਦਾ। ਬਾਕੀ ਅੱਗੇ ਜੇ ਜੀ ਤੁਸੀਂ ਸੇਵਾ ਕਰੋਗੇ ਉਹ ਜਾਂ ਕਰਮ ਵਾਲੀ ਦੁੱਧ ਪਿਆ ਜੂ। ਬਾਕੀ ਸੀਲ ਸਾਊ ਤਾਂ ਫੁੱਲ ਹੀ ਹੁੰਦੀਆਂ, ਭਾਵਾਂ ਜਵਾਕ ਚੋਈ ਜਾਣ, ਪੂਰਾ ਮੁੱਠੀ ਵਾਲਾ, ਹੱਥੀ ਚਵਾਈ ਵਾਲਾ, ਜਾਨ ਵਾਲਾ ਥਾਣਾ ਜਾ ਕੇ ਮੁੱਲ ਜਾਇਜ਼ ਆ। 35 ਹਜ਼ਾਰ ਰੱਖ, ਜਿਵੇਂ ਮਰਜ਼ੀ ਜੱਗਾ ਕਹਿੰਦਾ ਬਹਿ ਜਾ, ਪਰ ਕੱਦ ਮੀਡੀਅਮ ਆ। ਠੀਕ ਹੈ, 35 ਦੀ ਦੇ ਦੇਣੀ। ਵਾਹ, ਤੇਰੇ ਦੋ ਨੰਬਰ ਤੇ ਆ ਜਾ। ਦੋ ਨੰਬਰ ਵੱਡੀ ਜਰਸੀ ਆ, ਜਿਹਨਾਂ ਤੋਂ ਲਈਏ ਦੁੱਧ 16-17 ਕਿਲੋ ਚੋਇਆ ਵਾ ਪੈਂਦੇ। ਠੀਕ ਆ, ਠੀਕ ਆ, ਤੇ ਬਾਕੀ ਅਗਲਾ ਸਮਝ ਨਾ ਲੈ ਰਵੇ, ਕੱਦ ਕਾਠ ਵਾਲੀ ਆ, ਵਜਨ ਵਾਲੀ ਆ, ਥਣ ਲੇਵੇ ਵਾਲੀ ਆ, ਬਾਕੀ ਨਾੜਾਂ ਵੇਖ ਬਾਈ ਇਹਦੇ ਆਵੇ ਡੱਬੀਆਂ ਬੰਨਦੇ ਆ। ਹਾਂ, ਨਹੀਂ ਡੱਬ, ਨਾੜਾਂ ਵੇਖ ਤੂੰ। ਠੀਕ ਹੈ, ਇੱਧਰਲੇ ਪਾਸੇ ਦੇ ਵੀ ਨਾੜਾਂ ਵੇਖ ਲੈ। ਅੱਛਾ, ਮਗਰ ਵੀ, ਮਗਰ ਨਹੀਂ, ਇੱਧਰਲੇ ਪਾਸੇ। ਅੱਛਾ, ਉੱਧਰਲੇ ਪਾਸੇ, ਮੈਂ ਤਾਂ ਕਿਤੇ ਕਹਿੰਦਾ ਮਗਰ ਵੀ ਬੰਨਦੇ ਆ। ਸਾਊ ਪੂਰੀ ਆ, ਜਿਵੇਂ ਮਰਜ਼ੀ ਬਹਿ ਜੇ ਇਹਦਾ। ਇਹਨੇ ਪੂਛੀ ਕਦੋਂ ਤਾਂ ਉਹਨੂੰ ਚੱਕ ਲਈ? ਇਹਦਾ ਫਿਰ ਚੱਕ ਲਈ ਸੀਲ ਹੈ, ਸੀਲ ਕਰਕੇ ਇਹ ਪਸ਼ੂ ਸੀਲ ਚੱਕੂਗਾ ਬਈ, ਤਾਂ ਪੂਛ। ਅੱਛਾ, ਉਹ ਜਿਹਾ ਹੋਵੇ ਤਾਂ ਉੱਥੇ ਜਾਵੇ, ਪੂਰੀ ਠੰਡੀ ਸੀਲ ਲੈ। ਹੋ ਉਹ ਜਿਹਾ ਹੋਵੇ ਜੱਗਾ, ਉੱਥੇ ਜਾਵੇ। ਮੈਂ ਵੀ ਜਾ ਸਕਦਾ ਜੋ ਲੱਤ ਮਾਰਨੀ ਆ। ਹਾਂ, ਸਹੀ ਹੈ, ਸਰੂਰ ਜਿਹਾ ਆਉਂਦਾ। ਮੈਂ ਕਿਹਾ ਨਜ਼ਾਰਾ ਚਵਾਈ ਬਹੁਤ ਚੰਗੀ ਲੱਗੀ ਸੀ ਬਾਈ, ਜਿਹਨਾਂ ਤੋਂ ਲਈ ਆਪਾਂ। ਠੀਕ ਹੈ, ਚੰਗੇ ਘਰੋਂ ਲਈ ਆ, ਵੈੜੇ ਕੋਈ ਮਾੜੇ ਘਰੋਂ ਨਹੀਂ ਲਈ। ਠੀਕ ਹੈ, ਹਾਂ, ਕਿੰਨੇ ਦਿਨ ਲੈ ਜੂ? ਇਹਦੇ 5 ਦਿਨ ਰਹਿੰਦੇ ਆ। 16-17 ਕਿਲੋ ਦੁੱਧ ਬਾਈ ਦੱਸਦਾ ਕਿ ਇਹਨੇ ਦਿੱਤਾ। 5 ਦਿਨਾਂ ਦੀ ਕੱਚੀ ਹੈ, 1 ਨੰਬਰ ਵੱਛੀ ਨਾਲੋਂ ਦੁੱਗਣੀ ਹੈ, ਹਾਈਟ ਵੀ ਫੁੱਲੀ ਆ ਤੇ ਲੈਂਥ ਵੀ ਪੂਰੀ ਆ। ਹਾਂ, ਧੂਈ ਫਿਰਦੀ ਆ, ਰੇਲ ਗੱਡੀ ਦੇ ਡੱਬੇ ਜਿੱਡੀ ਆ, ਜਰਸੀਆਂ ਦੇ ਮੁਕਾਬਲੇ ਪੂਰਾ ਵੱਡਾ ਕੱਦ ਹੈ। ਥਾਣਾ ਹੱਦੀ ਚਵਾਈ ਵਾਲੇ ਗੈਪ 'ਚ ਲੱਗੇ ਹੋਏ ਆ, ਬਾਕੀ ਵੱਲ ਢਿੱਲਾਂ ਹਜੇ ਕਾਫੀ ਬਾਕੀ ਆ, 5-4 ਦਿਨ ਲੈ ਜਾਣੇ ਆ। ਸੋਹਣਾ ਵੱਡਾ ਹਵਾਨਾ ਤਿਆਰ ਕਰਕੇ ਸੂ, ਦੁੱਧ ਇਹਨਾਂ ਦਾ ਮੱਝਾਂ ਵਰਗਾ ਹੀ ਹੁੰਦਾ, ਤਾਂ ਕਰਕੇ ਡਿਮਾਂਡ 'ਚ ਵੀ ਵੱਧ ਰਹਿੰਦੀਆਂ। ਹਰੇਕ ਭੈਣ ਭਰਾ ਦੀ ਡਿਮਾਂਡ ਹੁੰਦੀ ਬਾਈ ਯਾਰ ਜਰਸੀ ਲੈਣੀ ਘਰੇ ਦੁੱਧ ਪੀਣ ਨੂੰ।
ਹੋਈ ਤਾਂ ਦੱਸਿਓ ਲੈਣੀ, ਪਰ ਆਪਾਂ ਵੱਡੀ ਹੈ ਚੰਗੀ ਲੈਣੀ ਆ ਬਾਈ, ਜਿਹੜਾ ਹੁਣ ਕਹਿੰਦੇ ਨਾ ਬਾਈ ਚੰਗੀ ਜਰਸੀ ਲੈਣੀ ਆ, ਉਹ ਹੈ ਉਹਨਾਂ ਭਰਾਵਾਂ ਤੇ ਖਾਸ ਵੀਡੀਓ ਹੋਏ। ਠੀਕ ਹੈ ਬਾਈ ਜੱਗਾ ਕਹਿੰਦਾ ਜਿਹੜੇ ਭੈਣ ਭਰਾ ਫੋਨ ਲਾਉਂਦੇ ਨੇ ਬਾਈ ਯਾਰ ਚੰਗੀ ਜਰਸੀ ਲੈਣੀ ਆ, ਵੱਡੀ ਜਰਸੀ ਲੈਣੀ ਆ, ਉਹ ਜਰਸੀ ਆ ਬਾਈ ਕਹਿੰਦਾ ਉਹਨਾਂ ਵਾਸਤੇ ਖਾਸ ਵੀਡੀਓ ਆ। ਮੁੱਲ ਵੀ ਦੱਸ ਦੇ ਜੱਗਾ ਫਿਰ ਜਾਇਜ਼ ਜਿਹਾ, ਮੀਂਹ ਪਈ ਜਾਂਦਾ ਅਗਲਾ ਆਵੇ ਤੇ ਆਉਂਦਾ ਹੀ ਮੁੜ ਜੇ ਬਾਸ ਬਾਈ ਯਾਰ ਜਮਾ ਜਾਇਜ਼ ਬਾਈ ਯਾਰ, ਹਾਂ ਨਹੀਂ 40,000 ਦੀ ਵੇਟ ਦੇ ਦਾਂਗੇ, 44 ਦੀ 44 ਦੇ ਦਾਂਗੇ ਤੂੰ 55 ਮੰਗਲਾ ਵੇਖ ਤਾਂ ਵੀ ਜਾਣੀ ਆ, ਪਰ ਆਪਣੇ ਰੇਟ ਫਿਰ ਵੀ ਵੀਡੀਓ ਜਾਇਜ਼ ਹੀ ਹੁੰਦੇ ਆ। ਬਾਈ ਕਹਿੰਦਾ 44,000 ਦੀ ਦੇ ਦੇਣੀ ਆ, 40 ਤੇ 4 ਹਵਾਨੇ ਤੇ ਲੈਫਟ ਰਾਈਟ ਦੋਨੀ ਸਾਈਡ ਹੀ ਬਰੀਕ ਬਰੀਕ ਚੰਗੀਆਂ ਵੇਂਜ ਆ, ਹਵਾਨਾ ਸਾਰਾ ਬਰੀਕ ਬਰੀਕ ਵੇਂਜ ਨਾਲ ਭਰਿਆ ਪਿਆ, ਦੈਨ 4 ਕਹੇ 5 ਜਣੇ ਲੈ ਜਾਣੇ ਆ, ਜਿੱਦਣ ਤਿਆਰ ਹੋ ਜਾਂਦੀ ਹਵਾਨਾ ਦੁੱਧ ਨਾਲ ਬੌਲੀ ਨਾਲ ਭਰ ਲੈਂਦੀ ਆ, ਇਹ ਵੇਂਜ ਵੀ ਮੋਟੀਆਂ ਹੋ ਜਾਣਗੀਆਂ 16-17 ਬਾਈ ਇਹ ਨਾ ਦੇਣਾ, ਹਾਂ ਫਿਰ ਬੱਕਰ ਗਾਣੇ ਤਾਂ ਲਗਾਈਆਂ, ਹਾਂ ਠੀਕ ਆ ਨਾ ਸਹੀ ਆ, ਆਹ ਸਾਰੀ ਵਾਟਰ ਕੱਢ ਕੇ ਫਿਰ ਸੁਣਾ ਨੇ ਆ। ਠੀਕ ਹੈ ਸਹੀ ਆ ਜੱਗਿਆ, ਜੱਗਿਆ ਤੇਰੇ ਵਾਲ ਜੇ ਕਿਵੇਂ ਝੜ ਗਏ ਕਿ ਬਾਹਲੇ ਪੈਸਿਆਂ ਦੇ ਕੋਲੇ ਝੜ ਜਾਂਦੇ ਹੁੰਦੇ ਆ? ਵੈਸੇ ਝੜ ਗਏ ਨਹੀਂ, ਆਮ ਕਹਿੰਦੇ ਹੁੰਦੇ ਜਿਹਦੇ ਕੋਲੇ ਬਾਹਲੇ ਪੈਸੇ ਹੁੰਦੇ ਉਹਦੇ ਵਾਲ ਝੜ ਜਾਂਦੇ ਆ। ਨਹੀਂ ਨਹੀਂ ਇਹ ਤਾਂ ਮੈਂ ਇਹਦਾ ਰੀਤੀ ਰਿਵਾਜ ਆ ਗੱਲ ਬਣਾਈ ਆ ਲੋਕਾਂ ਦੀ। ਠੀਕ ਹੈ ਉਹ ਕੰਮ ਹੈ ਠੀਕ ਆ, ਠੀਕ ਹੈ ਐਂ ਤਾਂ ਬਾਹਲਿਆਂ ਝੜਦੇ ਆ, ਮੇਰੇ ਇਕੱਲੇ ਦੇ ਵੀ ਬਾਹਲਿਆਂ ਝੜਦੇ ਆ। ਸਹੀ ਹੈ ਉਸ ਤੋਂ ਨਰਮ ਜਿਹਾ ਵੀਰ ਹੈ। 2 ਪਸ਼ੂ ਸੇਲ ਹੈ, ਬਿਲਕੁਲ ਸਸਤੇ ਮੁੱਲ ਦੀਆਂ 2 ਵਹਿੜਾ, 1 ਵੱਡੀ ਬਦਾਮੀ ਰੰਗ ਦੀ ਜਰਸੀ ਆ, 16-17 ਕਿਲੋ ਬਾਈ ਦੱਸਦਾ ਦੁੱਧ ਪਿਆ ਜੂ, ਦਿਨ 4-5 ਮਸਾਂ ਹੀ ਲਊ ਵੇਚਣੋ, ਤਾਂ ਬਾਈ ਕਹਿੰਦਾ 55,000 ਦੀ ਮੁੱਲ ਕਰ ਲਈਏ ਤਾਂ ਭਾਵਾਂ 55 ਦੀ ਵੇਚ ਦਈਏ, ਪਰ ਬਾਈ ਕਹਿੰਦਾ ਜਾਇਜ਼ ਕੀਮਤ 'ਤੇ ਆਪਾਂ ਅੱਗੇ ਪਸ਼ੂ ਸੇਲ ਕਰਦੇ ਹਾਂ, ਜਾਇਜ਼ 'ਤੇ ਹੁਣ ਕਰਨੇ ਹਾਂ। 44,000 ਦੀ ਦੇ ਦੇਣੀ ਆ, ਵਿੱਚੋਂ ਛੋੜ ਕਰ ਦੂੰ, ਆਹ ਤੋਹਫਾ ਦੇ ਦੇਣਾ 35,000 ਦਾ, ਬਾਕੀ ਫੋਨ ਨੰਬਰ ਸਕਰੀਨ 'ਤੇ ਚੱਲੀ ਜਾਂਦਾ, ਜੇ ਕਿਸੇ ਨੇ ਬਾਈ ਦੇ ਘਰ ਆਉਣਾ ਐਡਰੈਸ ਦੂਰੀ ਵੇਰੀ ਦੱਸ ਦੇਣਾ, ਪਿੰਡ ਘੋਲੀਆ ਖੁਰਦ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ।